ਅਰਦਾਸਬੰਦ ਚੜ ਰਿਹਾ ਤੇ ਵਿਰਿੰਦਰ ਉਤਰ ਰਿਹਾ। ਪ੍ਰੀਤੀ ਸਭੂ ਚੜ ਰਹੀ ਆ ਤੇ ਰਮਾਂ ਵਿੱਚ ਉਤਰ ਰਹੀ ਆ। ਮਤਲਬ ਕਿਉਂਕਿ ਅਸੀਂ ਵੀ ਉਹਨਾਂ ਚੋਂ ਹੀ ਸੀਗੇ ਇਹਦੇ ਦਰਬਾਰ ਚ ਵਾਰ-ਵਾਰ ਜਾਣ ਵਾਲੇ। ਮਤਲਬ ਜਿਹੜਾ ਹੈ ਨਾ 22 ਸੈਕਟਰ ਇਹ ਟੋਲੀ ਇਹ ਟੀਮ ਯਾਰ ਮਿੱਤਰ ਉੱਥੇ ਇਕੱਠੇ ਹੁੰਦੇ ਰਹੇ। ਉਹਦੇ ਕੋਲੇ ਮੋਟਰਸਾਈਕਲ ਸੀ ਉਦੋਂ। ਇੱਥੇ ਕਿਸੇ ਸੱਜਣ ਨੂੰ ਜਿੱਥੇ ਲੋਕ ਲੈ ਜਾਣਾ ਹੁੰਦਾ ਸੀ ਤੁਸੀਂ ਦੇਖੋ ਜੋ ਕੁਝ ਮੇਰੇ ਕੋਲ ਸੀ ਮੈਂ ਇਹਦੇ ਤੇ ਲਾਤਾ। ਹੁਣ ਇਹ ਫਿਲਮ ਵਿਕ ਨਹੀਂ ਰਹੀ। ਤੇ ਇਥੋਂ ਤੱਕ ਵੀ ਮੇਰੇ ਤਾਂ ਮਨ 'ਚ ਆਏ ਆਂਦਾ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸਤੀ ਤੋਂ ਤੁਸੀਂ ਵੇਖ ਰਹੇ ਹੋ ਚੈਨਲ ਸੱਤ ਰੰਗ ਦੇ ਬਾਪੂ ਦੇ ਕਿੱਸੇ ਪੋਡਕਾਸਟ ਸੀਰੀਜ਼ ਇਸ ਸੀਰੀਜ਼ ਨੂੰ ਸਾਰੇ ਜਣੇ ਇੰਨਾ ਜ਼ਿਆਦਾ ਪਿਆਰ ਦਿੰਨੇ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਅੱਜ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਹੈ ਭਾਗ ਸਿੰਘ ਜੀ ਭਾਗ ਸਿੰਘ ਜੀ ਦੇ ਬਾਰੇ ਪਿਛਲੀ ਵਾਰ ਸ਼ਮਸ਼ੇਰ ਸੰਧੂ ਜੀ ਨੇ ਬੜੀਆਂ ਵਧੀਆ ਜਾਣਕਾਰੀਆਂ ਦਿੱਤੀਆਂ ਸੀ ਉਹਨਾਂ ਬਾਰੇ ਦੱਸਿਆ ਕਿ ਕੌਣ ਸਨ ਭਾਗ ਸਿੰਘ ਜੀ ਅਤੇ ਕੀ ਅਹੁਦਾ ਰੱਖਦੇ ਸੀ ਉਹ ਪੰਜਾਬ ਸਰਕਾਰ ਦੇ ਇੱਕ ਮਹਿਕਮੇ ਦੇ ਵਿੱਚ ਅਤੇ ਕਿਵੇਂ ਫਿਲਮ ਡਾਇਰੈਕਟਰ ਫਿਲਮ ਪ੍ਰੋਡਿਊਸਰ ਅਤੇ ਅਦਾਕਾਰ ਉਹਨਾਂ ਦੇ ਅੱਗੇ ਪਿੱਛੇ ਚੱਕਰ ਲਗਾਉਂਦੇ ਸੀ ਫਿਲਮਾਂ ਦੇ ਲਈ ਸੋ ਬਹੁਤ ਸਾਰੀਆਂ ਗੱਲਾਂ ਬਾਤਾਂ ਸ਼ਮਸ਼ੀਰ ਸੰਧੂ ਜੀ ਨੇ ਉਹਨਾਂ ਬਾਰੇ ਦੱਸੀਆਂ ਸੋ ਆਓ ਚੱਲਦੇ ਹਾਂ ਉਸ ਵੀਡੀਓ ਨੂੰ ਦੇਖਦੇ ਹਾਂ ਅਤੇ ਦੱਸਦੇ ਹਾਂ ਭਾਗ ਸਿੰਘ ਜੀ ਕੌਣ ਸਨ ਭਾਗ ਸਿੰਘ ਉਹਨਾਂ ਨੂੰ ਆਮ ਤੌਰ ਤੇ ਭਾਗ ਸਿੰਘ ਅੰਕਲ ਵਜੋਂ ਜਾਣਿਆ ਜਾਂਦਾ ਸੀ ਅੱਛਾ ਜੀ ਜਿਵੇਂ ਜਗਦੇਵ ਸਿੰਘ ਜਸੋਵਾਲ ਨੂੰ ਬਾਪੂ ਜਸਵਾਲ ਕਿਹਾ ਜਾਂਦਾ ਸੀ ਹਾਂਜੀ ਇੱਧਰ ਅੰਕਲ ਭਗਤ ਸਿੰਘ ਸੀ ਤੇ ਇਹ ਵੀ ਆਪਣੇ ਆ ਵਿੱਚ ਚੰਡੀਗੜ੍ਹ ਦੇ ਜਸਵਾਲ ਵੀ ਉਹਨਾਂ ਨੂੰ ਕਿਹਾ ਜਾ ਸਕਦਾ ਅੱਛਾ ਜੀ ਉਹਨਾਂ ਦੀਆਂ ਸ਼ੇਡਜ਼ ਇੰਨੀਆਂ ਆ ਉਸ ਪਰਸਨੈਲਿਟੀ ਦੀਆਂ ਸ਼ਿਵ ਕੁਮਾਰ ਬਟਾਲਵੀ ਦਾ ਮੋਹਨ ਭੰਡਾਰੀ ਵੀ ਬਹੁਤ ਆੜੀ ਸੀ ਭੂਸ਼ਣ ਧਿਆਨਪੁਰੀ ਵੀ ਉਹ ਬਹੁਤ ਆੜੀ ਸੀ ਵਿਜੇ ਟੰਡਨ ਵੀ ਆੜੀ ਸੀ ਤੇ ਭਾਗ ਸਿੰਘ ਵੀ ਬਹੁਤ ਆੜੀ ਸੀ ਮਤਲਬ ਜਿਹੜਾ ਹੈ ਨਾ 22 ਸੈਕਟਰ ਦੀਆਂ ਲਾਈਟਾਂ ਦੇ ਕੋਲੇ ਹਾਂਜੀ ਜੂਸ ਦੀਆਂ ਦੁਕਾਨਾਂ ਦੇ ਕੋਲੇ ਜਿੱਥੇ ਪ੍ਰੀਤਮ ਵਾਚ ਕੰਪਨੀ ਅਜੇ ਵੀ ਹੈ ਇਹ ਟੋਲੀ ਇਹ ਟੀਮ ਯਾਰ ਮਿੱਤਰ ਉੱਥੇ ਇਕੱਠੇ ਹੁੰਦੇ ਰਹੇ ਸਾਲਾਂ ਬੱਧੀ ਇਹ ਇੱਕ ਇੱਕ 2-2 ਰੁਪਈਆ ਪਾਉਂਦੇ ਹੁੰਦੇ ਸੀ ਤੇ 8 ਰੁਪਈਏ ਦੀ ਬੋਤਲ ਆਉਂਦੀ ਹੁੰਦੀ ਸੀ ਉਦੋਂ ਅੱਛਾ ਜੀ ਇਹ ਉੱਥੇ ਬੈਠ ਕੇ ਆਪਣੀ ਸ਼ਾਮ ਬਹੁਤ ਵਾਰ ਸ਼ਾਮ ਇਦਾਂ ਗੁਜ਼ਾਰਦੇ ਹੁੰਦੇ ਸੀ ਪਬਲਿਕ ਰਿਲੇਸ਼ਨ ਪੰਜਾਬ ਦੇ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਦੇ ਵਿੱਚ ਇਹ ਅਫਸਰ ਸੀਗੇ ਪਹਿਲਾਂ ਪਬਲਿਕ ਰਿਲੇਸ਼ਨ ਅਫੀਸਰ ਸੀ ਫਿਰ ਰਿਟਾਇਰਮੈਂਟ ਵੇਲੇ ਤੱਕ ਤਾਂ ਇਹ ਡਿਪਟੀ ਡਾਇਰੈਕਟਰ ਬਣ ਕੇ ਸੀਗੇ ਅੱਛਾ ਜੀ ਇਹਨਾਂ ਦੀਆਂ ਹੋਰ ਬਹੁਤ ਖੂਬੀਆਂ ਸੀ ਵੀ ਮੰਤਰੀਆਂ ਦੇ ਨਾਲ ਸਰਕਾਰਾਂ ਦੇ ਨਾਲ ਚਾਹੇ ਉਹ ਦਰਬਾਰਾ ਸਿੰਘ ਸਰਕਾਰ ਆ ਤੇ ਚਾਹੇ ਗਿਆਨੀ ਜੈਲ ਸਿੰਘ ਸਰਕਾਰ ਆ ਤੇ ਚਾਹੇ ਗਾਂ ਅਕਾਲੀ ਸਰਕਾਰ ਆ ਇਹ ਉਹਨਾਂ ਨਾਲ ਵੈਸੇ ਵੀ ਇਹਨਾਂ ਦਾ ਜਿਹੜਾ ਸੀਗਾ ਨਾ ਕਲਾਕਾਰਾਂ ਵੱਜੋਂ ਬਹੁਤ ਨੇੜਤਾ ਸੀ ਪਿਆਰ ਸੀ ਜੀ ਉਹਦੇ ਵਿੱਚ ਮੈਂ ਇੱਕ ਘਟਨਾ ਦੱਸਦਾ ਵੀ ਇਹਨਾਂ ਦੀ ਪਹੁੰਚ ਕਿਦਾਂ ਦੀ ਸੀ ਉਦੋਂ ਦਾ ਵੇਲੇਆਂ ਦੇ ਵਿੱਚ ਪੰਜਾਬੀ ਫਿਲਮ ਦਾ ਟੈਕਸ ਮਾਫ ਕਰਾਉਣਾ ਬੜਾ ਜ਼ਰੂਰੀ ਸੀ ਟੈਕਸ ਮਾਫ ਹੋ ਗਿਆ ਤਾਂ ਅੱਧੀ ਟਿਕਟ ਰਹਿ ਜਾਂਦੀ ਸੀ ਉਦੋਂ ਸਾਲ ਦੇ ਵਿੱਚ ਪੂਰੇ ਸਾਲ ਦੇ ਵਿੱਚ 5 7 8 ਫਿਲਮਾਂ ਰਿਲੀਜ਼ ਹੋਣੀ ਆਉਂਦੀਆਂ ਸੀ ਜੇ ਟੈਕਸ ਮਾਫੀ ਦੀ ਆ ਤਾਂ ਉਹਦੇ ਵਾਸਤੇ ਆਡੀਅੰਸ ਸਸਤੀ ਟਿਕਟ ਸਮਝ ਕੇ ਵੀ ਜ਼ਿਆਦਾ ਚਲੇ ਜਾਂਦੀ ਸੀ ਹੁਣ ਉਹਦੇ ਵਾਸਤੇ ਜਿਹੜਾ ਮਤਲਬ ਹੈਗੀ ਹੈ ਟੈਕਸ ਮਾਫੀ ਹਾਂਜੀ ਉਹ ਵਿਰੋਚ ਵਾਲੇ ਬੰਦੇ ਦੇ ਹੁੰਦੀ ਸੀ ਜਾਂ ਖੱਜਲ ਖਵਾਰ ਬਹੁਤ ਹੁੰਦਾ ਜਗਜੀਤ ਚੂੜਚੱਕ ਜਿਹਨੇ ਫਿਲਮ ਦਾ ਡਾਇਰੈਕਟਰ ਸੀਗਾ ਪੁੱਤ ਜੱਟਾਂ ਦੇ ਉਹ ਪ੍ਰਿੰਟ ਮੇਰੇ ਕੋਲ ਮੈਂ ਥੇ ਐਨ ਐਕਸੀ ਚ ਰਹਿੰਦਾ ਸੀ 33 ਸੈਕਟਰ ਚ ਤੇ ਉਹ ਫਾਈਲ ਜਦੋਂ ਬਣਾ ਕੇ ਭਾਗ ਸਿੰਘ ਅੰਕਲ ਕੋਲੇ ਗਏ ਤੇ ਬਈਆ ਹੁਣ ਤੁਸੀਂ ਕੰਮ ਕਰਾਉਣਾ ਆਂ ਦਾ ਫਿਲਮ ਦਾ ਟੈਕਸ ਮਾਫ ਕਰਾਉਣਾ ਤੱਕੀ ਹੋਇਆ ਵੀ ਉਹ ਉੱਠ ਕੇ ਤੁਰ ਪੈਂਦੇ ਸੀ ਅੱਛਾ ਜੀ ਆਏ ਨਹੀਂ ਸੀ ਵੀ ਮੈਂ ਫੋਨ ਕਰ ਦਿੰਦੇ ਫਲਾਣੇ ਕੋਲੇ ਚਲੇ ਜਾਓ ਆ ਆਪ ਉੱਥੇ ਫਾਈਲ ਕੱਚ ਚ ਦਿੱਤੀ ਤੇ ਨਾਲ ਸਾਨੂੰ ਲੈ ਗਏ ਉੱਥੇ ਜਾ ਕੇ ਜਦੋਂ ਉਹ ਰੱਖੀ ਸਬੰਧਤ ਵਿਭਾਗ ਕੋਲ ਉਹਨਾਂ ਨੇ ਆਏ ਆਏ ਜੇ ਕਰਕੇ ਫਿਰ ਹੁਣ ਕੇ ਦੇਖਿਆ ਉਹ ਕਹਿੰਦੇ ਵੀ ਇਹਦੇ ਵਿੱਚ ਉਹ ਸਰਟੀਫਿਕੇਟ ਹੈ ਨਹੀਂਗਾ ਡਿਪਟੀ ਕਮਿਸ਼ਨਰ ਦਾ ਇੱਕ ਸਰਟੀਫਿਕੇਟ ਪੰਜਾਬੀ ਫਿਲਮ ਲਈ ਇੱਕ ਜ਼ਰੂਰੀ ਸ਼ਰਤ ਸੀ ਟੈਕਸ ਮਾਫੀ ਲਈ ਉਹਨੂੰ ਤਾਂ ਕਨਸਿਡਰ ਕੀਤਾ ਜਾਊ ਕਿ ਆਪਣਾ ਉਹਦੇ ਤੇ ਵੀ ਇਹਦੀ ਪੰਜਾਬ ਵਿੱਚ ਵੀ ਸ਼ੂਟਿੰਗ ਹੋਈ ਹੈ ਤੇ ਡਿਪਟੀ ਕਮਿਸ਼ਨਰ ਆਫਿਸ ਦਾ ਸਰਟੀਫਿਕੇਟ ਕਿ ਹਾਂ ਸ਼ੂਟਿੰਗ ਇੱਥੇ ਹੋਈ ਸੀ ਅੱਛਾ ਪੰਜਾਬ ਵਿੱਚ ਸ਼ੂਟਿੰਗ ਹੋਣ ਦਾ ਸਰਟੀਫਿਕੇਟ ਜ਼ਰੂਰੀ ਸੀ ਉਹਦੇ ਚੋ ਹੈ ਨਾ ਬਣਵਾਇਆ ਫਿਰਨੇ ਸੀ ਤੇ ਉਹਨਾਂ ਨੇ ਉਹ ਸਬੰਧਤ ਕਲਰਕ ਨੇ ਅਬਜੈਕਸ਼ਨ ਕੀਤਾ ਤੇ ਇਹ ਫਿਰ ਆਪਦੇ ਸਟਾਈਲ ਦੇ ਨਾਲ ਉਹ ਬਈ ਇਦਾਂ ਨਹੀਂ ਸੰਧੂ ਜਗਜੀਤ ਇਦਾਂ ਨਹੀਂ ਚੱਲਣਾ ਵੀ ਉਹ ਸਰਟੀਫਿਕੇਟ ਤਾਂ ਲਾਉਣਾ ਪੈਣਾ ਫੇਰ ਗਾਂ ਫਾਈਲ ਨਹੀਂ ਤੁਰਨੀ ਹੈ ਤੇ ਨਾਲ ਹੀ ਕਹਿੰਦੇ ਚਲੋ ਤੁਸੀਂ ਇੱਥੋਂ ਤਾਂ ਫਾਈਲ ਤੋਰੋ ਨਾ ਤੁਸੀਂ ਬਈ ਸੋਮਵਾਰ ਨੂੰ ਆਪਦਾ ਸਰਟੀਫਿਕੇਟ ਲਿਓ ਫੇਰ ਫਾਈਲ ਗਾਂ ਤੁਰੂਗੀ ਫੇਰ ਇਹ ਹੋਊਗਾ ਤੇ ਆਪਦੀਆਂ ਫਾਰਮੈਲਟੀਆਂ ਪੂਰੀਆਂ ਕਰੋ ਤਾਂ ਤੁਸੀਂ ਤਾਂ ਮਾਰੋ ਨਾ ਕੋਕੀ ਕਹਿੰਦਾ ਤੁਸੀਂ ਤਾਂ ਆਪਦੀਆ ਕਰੋ ਉਹ ਤਾਂ ਕੋਕੀ ਮਰਵਾ ਕੇ ਇੱਕ ਹੋਰ ਜਿਹੜਾ ਕੈਵਨ ਚ ਗਏ ਉਹਨਾਂ ਨੇ ਵੀ ਇਦਾਂ ਦਾ ਕੀਤਾ ਉਹ ਕਹਿੰਦਾ ਜਲਦ ਉਸ ਨੂੰ ਗਿਮਾਰੋ ਮੈਂ ਕਹਤਾ ਇਹਨਾਂ ਨੂੰ ਇਹ ਤਾਂ ਅੱਜ ਹੀ ਜਾਣਗੇ ਤੇ ਸੋਮਵਾਰ ਸਰਟੀਫਿਕੇਟ ਆਪਾਂ ਲਿਆ ਕੇ ਫਾਈਲ ਜਮ੍ਹਾਂ ਕਰਦੇ ਆਂਗੇ ਜੋ ਦੂਜੇ ਥਾਂ ਤੋਂ ਵੀ ਨਿਕਲ ਗਏ ਤੀਜੇ ਥਾਂ ਤੇ ਫਾਈਨਲ ਰੂਫ ਦੇ ਵਿੱਚ ਜਿੱਥੇ ਫਾਈਲ ਦੇਣੀ ਸੀ ਆਗੇ ਤੇ ਜਗਜੀਤ ਕਹਿੰਦਾ ਮੈਂ ਫਿਰ ਅੰਕਲ ਜੀ ਅੱਜ ਚੱਲਿਆ ਕਹਿੰਦਾ ਨਾ ਹੁਣ ਜਾਣ ਦੀ ਲੋੜ ਹੀ ਨਹੀਂ ਜਿੱਥੇ ਫਾਈਲ ਫਸਣੀ ਸੀ ਉੱਥੋਂ ਤਾਂ ਪੰਘਾ ਵੀ ਦਿੱਤੀ ਹੁਣ ਤਾਂ ਗਾ ਮੋਹਰ ਲੱਗਣੀ ਆ ਸਰਟੀਫਿਕੇਟ ਮਿਲ ਜਾਣਾ ਉਹ 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 ਪੰਗਾਈ ਦਿੱਤੀ ਕਿੰਨਾ ਕੀ ਬਾਤ ਹੈ ਤੇ ਉਹ ਫਿਰ ਅਸੀਂ ਕਿਹਾ ਵੀ ਅੰਕਲ ਜੀ ਐਸੇ ਕਰਕੇ ਜਿਹੜਾ ਜਿਹੜੇ ਸਾਰੇ ਆ ਨਾ ਤਰੀਕੇ ਜਿਹੜੇ ਕੀ ਇਹ ਜਿਹੜੇ ਸਨ ਬੀਮ ਦੇ ਪਿਛਲੇ ਪਾਸੇ ਪਿਕੈਡਲੀਵਰਡ ਦੇ ਪਿਛਲੇ ਪਾਸੇ ਜਿਹੜੇ ਤੁਹਾਡੇ ਘਰ ਦੀਆਂ ਪੌੜੀਆਂ ਚੜਦੇ ਆਦੇ ਉਤਰਦੇ ਚੜਦੇ ਦੇ ਉਤਰਦੇ ਆ ਉਹ ਇੰਨਾ ਕਾਰਨਾ ਕਰਕੇ ਆ ਕਰਨਾ ਜੀ ਤੁਸੀਂ ਦੱਸਿਆ ਹੈ ਨਾ ਕਿ ਵੱਡੇ ਵੱਡੇ ਸਟਾਰ ਜਿਹੜੇ ਉਸ ਟਾਈਮ ਦੇ ਹਾਂ ਉਹ ਸਾਰੇ ਮਤਲਬ ਕਿ ਉਹਨਾਂ ਦੀ ਘਰ ਦੀਆਂ ਪੂਰੀਆਂ ਮਤਲਬ ਕਿ ਦੇੜੀਆਂ ਕੇ ਸਾਧੰਦੇ ਸੀਗੇ ਕਹਿਣ ਦਾ ਮਤਲਬ ਹੈ ਕਿ ਪੌੜੀਆਂ ਚੜਦੇ ਉੱਤਰਦੇ ਸੀ ਬਿਲਕੁਲ ਜੀ ਗਰਦਾਸ ਮਾਨ ਚੜ ਰਿਹਾ ਤੇ ਵਿਰਿੰਦਰ ਉਤਰ ਰਿਹਾ ਹੂੰ ਪ੍ਰੀਤੀ ਸਭੂ ਚੜ ਰਹੀ ਆ ਤੇ ਰਮਾਂ ਵਿੱਚ ਉਤਰ ਰਹੀ ਆ ਮਤਲਬ ਕਿਉਂਕਿ ਅਸੀਂ ਵੀ ਉਹਨਾਂ ਚੋਂ ਹੀ ਸੀਗੇ ਇਹਦੇ ਦਰਬਾਰ ਚ ਵਾਰ-ਵਾਰ ਜਾਣ ਵਾਲੇ ਹੂੰ ਮੈਨੂੰ ਯਾਦ ਆ ਇੱਕ ਹੋਰ ਸਤੀ ਜੀ ਬਈ ਵਿਰਿੰਦਰ ਨੇ ਜਿਨੇ ਲੰਬੜਦਰਨੀ ਸਰਪੰਚ ਵਰਗੀਆਂ ਫਿਲਮਾਂ ਬਣਾਈਆਂ ਬਿਲਕੁਲ ਉਹਨੇ ਵੀ ਆਪਣੀ ਇੱਕ ਫਿਲਮ ਦਾ ਟੈਕਸਟ ਮਾਫ ਕਰਉਣਾ ਸੀ ਤੇ ਉਹੀ ਭਾਗ ਸਿੰਘ ਅੰਕਲ ਕੋਲੇ ਚਲੇਗੇ ਚਲੇਗੇ ਉਹ ਕਹਿੰਦਾ ਵੀ ਠੀਕ ਆ ਕੋਈ ਨਹੀਂ ਫਿਰ ਹੁਣ ਆਪਾਂ ਸੋਮਵਾਰ ਨੂੰ ਬਾਸ਼ੀ ਕਹਿੰਦੇ ਸੀ ਵਿਰਿੰਦਰ ਨੂੰ ਨਾ ਜੀ ਨੇੜਲੇ ਸਰਕਲ ਬਾਸ਼ੀ ਬਾਸ਼ੀ ਕੋਈ ਨਹੀਂ ਹੋ ਜੂਗਾ ਕੰਮ ਤੇ ਸੋਮਵਾਰ ਕਰਾਵਾਂਗੇ ਤੇ ਹੁਣ ਆਪਾਂ ਚੱਲਦੇ ਆ ਘਰ ਨੂੰ ਇੱਕ ਵਾਰ ਫਾਈਲ ਤੇ ਨਿਗਾਹ ਮਾਰ ਲਈ ਹੁਣ ਉਹ ਉਹਦੇ ਕੋਲੇ ਮੋਟਰਸਾਈਕਲ ਸੀ ਉਦੋਂ ਇੱਥੇ ਕਿਸੇ ਸੱਜਣ ਤੋਂ ਜਿੱਥੇ ਲੋਕ ਲੈ ਜਾਣਾ ਹੁੰਦਾ ਸੀ ਤੁਸੀਂ ਦੇਖੋ ਵੱਡੀਆਂ ਵੱਡੇ ਪ੍ਰੋਡਿਊਸਰ ਤੇ ਡਾਇਰੈਕਟਰ ਉਹ ਤਾਂ ਮੋਟਰਸਾਈਕਲਾਂ ਤੇ ਘੁੰਮਦੇ ਸੀ ਹੂੰ ਜਾਵਾ ਮੋਟਰਸਾਈਕਲ ਸੀ ਉਹਦੇ ਕੋਲੇ ਤੇ ਉਹ ਵਰਿੰਦਰ ਨੇ ਕਿਹਾ ਬੈਠੋ ਅੰਕਲ ਜੀ ਫਿਰ ਆਪਾਂ ਘਰੇ ਚੱਲੀਏ ਉਹ ਕਹਿੰਦਾ ਨਾ ਵੀ ਮੇਰੇ ਕੋਲੇ ਜਿਹੜਾ ਸੈਰ ਕਰਨ ਦਾ ਆਹੀ ਮੌਕਾ ਹੁੰਦਾ ਆ ਡਿਊਟੀ ਤੋਂ ਬਾਅਦ ਸੈਕਟਰੀ 8 ਤੋਂ 22 ਸੈਕਟਰ ਤੱਕ ਮੈਂ ਪੈਦਲ ਚੱਲ ਕੇ ਜਾਣਾ ਆ ਵਾਹ ਲਓ ਬੀਬੀ ਤੇ ਤੂੰ ਚੱਲ ਕੇ ਉੱਥੇ ਖੜਾ ਤੇ ਮੈਂ ਆ ਜਾਣਾ ਹੁਣ ਉਹ ਆਏ ਕਿ ਵਿੱਚ ਚੱਲਿਆ ਜਾਵੇ ਕਿੱਕ ਮਾਰ ਕੇ ਉਹਨੇ ਸਟਾਰਟ ਕਰ ਲਿਆ ਪਹਿਲੇ ਗੇਅਰ ਚ ਪਾ ਕੇ ਬ੍ਰੇਕਾਂ ਜੀਆਂ ਤੇ ਹੱਥ ਧਰ ਕੇ ਤੇ ਕਲਚ ਤੇ ਹੱਥ ਧਰ ਕੇ ਤੁਰਦੇ ਹੋਏ ਨਾਲ ਉਹ ਮੋਟਰਸਾਈਕਲ ਨੂੰ ਰੋੜ ਕੇ ਲਿਆ ਰਿਹਾ ਅੱਛੇ ਤੇ ਭਾਗ ਸਿੰਘ ਅੰਕਲ ਆਪਦੇ ਸੈਰ ਕਰਦੇ ਆ ਰਹੇ ਕੀ ਬਾਤ ਸੈਕਟਰੀਏਟ ਤੋਂ ਬਾਈ ਤੱਕ ਮੋਟਰਸਾਈਕਲ ਨੂੰ ਧੂਣਾ ਸੌਖਾ ਨਹੀਂ ਜਦ ਕਿ ਵਿਰਿੰਦਰ ਸਿੰਘ ਜੀ ਖੁਦ ਵੀ ਐਕਟਰ ਮਤਲਬ ਕਿ ਨਾਮੀ ਆਪਣੇ ਸਮੇ ਦੇ ਰਹੇ ਹਨ ਅੱਜ ਤੱਕ ਦੁਨੀਆ ਉਹਨਾਂ ਨੂੰ ਯਾਦ ਕਰਦੀ ਹੈ ਤੇ ਪ੍ਰੋਡਿਊਸਰ ਵੀ ਫਿਰ ਡਾਇਰੈਕਟਰ ਵੀ ਪੁਰੇ ਨਾਮੀ ਰਹੇ ਹਨ ਭਾਗ ਸਿੰਘ ਉਹਨਾਂ ਦਾ ਇੱਕ ਹੋਰ ਜਿਹੜਾ ਪੱਕ ਸੀ ਵੀ ਇਹਨਾਂ ਦੇ ਜਿਹੜੇ ਸੀ ਨਾ ਨਾਟਕ ਲਿਖੇ ਹੋਏ ਇਹਦੇ ਲਿਖੇ ਹੋਏ ਨਾਟਕ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਜਿਹੜਾ ਸੀਗਾ ਪੰਜਾਬ ਦਾ ਉਹਨ ਪਿੰਡਾਂ ਦੇ ਵਿੱਚ ਉਦੋਂ ਨਾਟਕ ਖੇਡਣ ਦਾ ਬਹੁਤ ਰਿਵਾਜ ਸੀ ਬੜੇ ਲੋਕ ਹਮ ਹਮ ਆ ਕੇ ਦੇਖਦੇ ਸੀ ਮੈਨੂੰ ਯਾਦ ਆਸ ਵੀ ਛੋਟੇ ਹੁੰਦੇ ਨੇ ਇਹਦਾ ਦਾ ਨਾਟਕ ਦੇਖਿਆ ਸੀ ਛਲੇਡਾ ਉਸ ਛਲੇਡ ਦੇ ਵਿੱਚ ਹਰਚਰਨ ਗਰੇਵਾਲ ਕਰਨੈਲ ਗੱਲ ਹੋਣੀ ਐਸ ਐਕਟਰ ਉਹਦੇ ਵਿੱਚ ਪਾਰਟਿਸਿਪੇਟ ਕੀਤਾ ਸੀ ਉਹਦੇ ਵਿੱਚ ਇਹਨਾਂ ਨੇ ਕਿਹਾ ਜਾਂਦਾ ਵੀ ਛਲੇਡਾ ਨਾਟਕ ਪੰਜਾਬ ਦੇ ਵਿੱਚ ਸੀਬੀਆਈ ਦੇ ਵੀ ਨਾਟਕ ਬਹੁਤ ਖੇਡੇ ਗਏ ਦੇਖੇ ਗਏ ਉਹਨਾਂ ਸਮਿਆਂ 'ਚ ਵੀ ਸਭ ਤੋਂ ਜ਼ਿਆਦਾ ਜਿਹੜਾ ਨਾਟਕ ਆ ਉਚਲੇਡਾ ਨਾਟਕ ਤੇ ਭਾਗ ਸਿੰਘ ਉਹਨਾਂ ਦੀ ਇੱਕ ਦੋ ਹੋਰ ਨਾਟਕ ਪੰਜਾਬ ਦੇ ਪਿੰਡਾਂ ਦੇ ਵਿੱਚ ਗਿਣਤੀ ਪੱਖੋਂ ਸਭ ਤੋਂ ਵੱਧ ਉਹ ਦੇਖਿਆ ਉਹ ਦੇਖਿਆ ਗਿਆ ਹਾਂ ਇਹਨਾਂ ਨੇ ਹਿੰਦੀ ਫਿਲਮਾਂ ਵੀ ਕੀਤੀਆਂ ਪੰਜਾਬੀ ਫਿਲਮਾਂ ਤਾਂ ਬਹੁਤ ਹੀ ਕੀਤੀਆਂ ਜੀ ਸਰਪੰਚ ਵਿੱਚ ਵੀ ਰੋਲ ਸੀ ਸ਼ੁਰੂਆਤ ਜਦੋਂ ਹੋਈ ਜਿਵੇਂ ਸ਼ੌਂਕਣ ਮੇਲੇ ਦੀ ਜਿਹਦੇ ਸ਼ਿਵ ਦੇ ਗੀਤ ਸੀ ਫੇਰ ਸੀ ਆਪਣਾ ਕਦੇ ਧੁੱਪ ਕਦੇ ਛਾਂ ਉਦੋਂ ਤੋਂ ਲੈ ਖੇਡਣ ਦੇ ਦਿਨ ਚਾਰ ਬੜਾ ਲੰਮਾ ਇਤਿਹਾਸ ਆ ਭਾਕ ਸਿੰਘ ਦੀਆਂ ਫਿਲਮਾਂ ਦਾ बार-बार ਆਪਾਂ ਨਾਮ ਲੈ ਰਹੇ ਨਾ ਭਾਕ ਸਿੰਘ ਤਾਂ ਮੇਰੇ ਤੁਹਾਡੇ ਇੱਕ ਗੀਤ ਦੀ ਲਾਈਨ ਯਾਦ ਆਈ ਜਾ ਰਹੀ ਹੈ ਸਤਵਿੰਦਰ ਬਿੱਟੀ ਜੀ ਨੇ ਗਾਇਆ ਹੋਇਆ ਹੈ ਨਾ ਖਿੱਚ ਲੈ ਫਰਾਵ ਮੜ ਕੇ ਭਾਕ ਸਿੰਘ ਦਿਲ ਦਰਾ ਇਹ ਉਹਨਾਂ ਦਾ ਜ਼ਿਕਰ ਤਾਂ ਨਹੀਂ ਬਾਰ-ਬਾਰ ਆਪਾਂ ਜ਼ਿਕਰ ਕਰ ਰਹੇ ਜੀ ਮੇਰੇ ਨਾਮ ਉਹ ਯਾਦ ਆ ਗਿਆ ਫਿਰ ਲਾਈਨ ਫਿਰ ਮੇਲਾ ਵੀ ਕਰਾਉਂਦੇ ਹੁੰਦੇ ਸੀ ਜੀ ਫਿਲਮੀ ਮੇਲਾ ਜੀ ਉਹ ਤੇ ਜੀ ਮੈਨੂੰ ਯਾਦ ਆ ਵੀ ਰਜਿੰਦਰ ਸਿੰਘ 베ਦੀ ਨੂੰ ਪਹਿਲੀ ਵਾਰ ਅਸੀਂ ਜਦੋਂ ਦੇਖਿਆ ਤੇ ਮਿਲੇ ਉਪਾਗ ਸਿੰਘ ਅੰਕਲ ਹੁਣਾਂ ਨੇ ਮੇਲਾ ਕਰਾਇਆ ਸੀ ਤੇ ਮੋਹਾਲੀ ਉੱਥੇ ਮੇਲੇ ਤੇ ਇੱਕ ਉਥੇ ਹੋਰ ਇਤਿਹਾਸਕ ਬੰਦਾ ਸਾਨੂੰ ਮਿਲਿਆ ਇਹਨਾਂ ਦੇ ਭਾਗ ਸਿੰਘ ਅੰਕਲ ਹੁਣਾਂ ਦੇ ਮੇਲੇ 'ਚ ਉਹ ਸੀ ਕੇਡੀ ਮਹਿਰਾ ਅੱਛਾ ਜੀ ਕੇਡੀ ਮਹਿਰਾ ਉਹ ਸੀ ਜਿਹਨੇ 1931-32 'ਚ ਪਹਿਲੀ ਪੰਜਾਬੀ ਫਿਲਮ ਬਣਾਈ ਸੀ ਅੱਛਾ ਜੀ ਉਹ ਫਿਲਮ ਦਾ ਨਾਮ ਸੀ ਸ਼ੈਲ ਸੀਗਾ ਅਸ਼ੀਲਾ ਉਹਦੇ ਦੋ ਨਾਮ ਰੱਖੇ ਹੋਏ ਸੀਗੇ ਇੱਕ ਅਸ਼ੀਲਾ ਇੱਕ ਗਨੀ ਪਿੰਡ ਦੀ ਕੁੜੀ ਅੱਛਾ ਜੀ ਤੇ ਉਹ ਕੇਡੀ ਮਹਿਰਾ ਇਹਨਾਂ ਦਾ ਸੱਜਿਆ ਹੋਇਆ ਮਤਲਬ ਅਸੀਂ ਉੱਥੇ ਮਿਲੇ ਸੀਗੇ ਹੋਰ ਬਹੁਤ ਇਹਨਾਂ ਦੇ ਇੰਨੇ ਸਾਰੇ ਰੂਪ ਆ ਮਤਲਬ ਭਾਕ ਸਿੰਘ ਦੇ ਜੀ ਇੱਕ ਵਾਰ ਤਸਵੀਰ ਰਸਾਲੇ ਨੇ ਪੂਰਾ ਅੰਕ ਕੱਢਿਆ ਸੀ ਅੱਛਾ ਜੀ ਜਿਹੜਾ ਫਿਲਮੀ ਰਸਾਲਾ ਸੀ ਨਾ ਤਸਵੀਰ ਜਲੰਧਰੋ ਸ਼ਬਦਾ ਸੀ ਬਿਲਕੁਲ ਅਜੀਤ ਪ੍ਰਕਾਸ਼ਨ ਦਾ ਤੇ ਸਿੱਧੂ ਦਮਦਮਿਨੀ ਨੇ ਉਹ ਐਡਿਟ ਕੀਤਾ ਸੀਗਾ ਉਹਦੇ ਚ ਸਾਰੀਆਂ ਇਹਨਾਂ ਦੀਆਂ ਫੋਟੋਆਂ ਤੇ ਆਪਣਾ ਸਾਰਾ ਕੁਝ ਉਹਦੇ ਚ ਮੈਟਰ ਇਹਨਾਂ ਦੇ ਬਾਰੇ ਕੁਝ ਸਾਰੇ ਨਾਟਕਾਂ ਦੇ ਹੋਰ ਲਿਖੇ ਹੋਏ ਐ ਉਹ ਪਿਛਲੀ ਉਮਰੇ ਦੇਖੋ ਵੀ ਉਹਨਾਂ ਨੂੰ ਯਾਦ ਸ਼ਕਤੀ ਦਾ ਆ ਗਿਆ ਸੀ ਮਸਲਾ ਅੱਛਾ ਜੀ ਹਾਂ ਜੀ ਉਹ ਯਾਦ ਆਸ਼ਤੇ ਕਹਿੰਦੇ ਨਾ ਉਹ ਚੱਲੇ ਗਏ ਸੀ ਹਾਂ ਘਟ ਟੰਡਰ ਸਾਹਿਬ ਨੇ ਦੱਸਿਆ ਵੀ ਜਿੱਦ ਟੰਡਰ ਹੁਣੇ ਮਿਲਣ ਗਏ ਹਾਂ ਜੀ ਉਹਨੂੰ ਸੀ ਵੀ ਆ ਮਿਲ ਕੇ ਆਈਏ ਤੇ ਉਹ ਕਹਿੰਦੇ ਵੀ ਉਸ ਯਾਦ ਯਾਦ ਆਸ਼ਤ ਉਹ ਮਤਲਬ ਸੀ ਤੇ ਉਹ ਕਹਿੰਦੇ ਇਹਨਾਂ ਨੂੰ ਤਾਂ ਪਛਾਣ ਲਿਆ ਤੇ ਕਹਿੰਦੇ ਉਹ ਤੋਂ ਹੁਣ ਆਇਆ 15 ਮਿੰਟ ਪਹਿਲਾਂ ਚੱਲਿਆ ਜਾਂਦਾ ਸ਼ਿਵ ਕੁਮਾਰ ਹੁਣੇ ਗਿਆ ਇੱਥੋਂ ਅੱਛਾ ਜੀ ਉਹ ਤਾਂ ਪੁਰਾਣੇ ਸ਼ਿਵ ਨੂੰ ਗਿਆ ਤਾਂ ਕਿੰਨਾ ਚਿਰ ਹੋ ਗਿਆ ਸੀਗਾ ਅੱਛਾ ਯਾਨੀ ਮਤਲਬ ਇਸ ਤਰ੍ਹਾਂ ਜਿਵੇਂ ਹੋ ਜਾਂਦਾ ਨਾ ਫਿਰ ਉਸ ਉਮਰ ਚ ਵੀ ਜਾ ਕੇ ਬੰਦਾ ਨਿਆਣਿਆਂ ਵਾਂਗ ਹੋ ਜਾਂਦਾ ਹੁਣ ਇਹੋ ਜਿਹੀਆਂ ਸ਼ਖਸੀਅਤਾਂ ਦਾ ਜ਼ਿਕਰ ਜਿਵੇਂ ਹੁਣ ਅੱਜ ਆਪਾਂ ਕੀਤਾ ਹੈ ਨਾ ਆ ਆਮ ਲੋਕਾਂ ਨੂੰ ਪਤਾ ਨਹੀਂ ਹੋਊਗਾ ਪਰ ਉਹ ਕਿੰਨਾ ਮਤਲਬ ਕਿ ਵੱਡਾ ਰੋਲ ਉਹਨਾਂ ਨੇ ਪਲੇ ਕੀਤਾ ਪੰਜਾਬੀ ਫਿਲਮਾਂ ਦੇ ਵਿੱਚ ਵੀ ਐਜ਼ ਅ ਕਲਾਕਾਰ ਵੀ ਤੇ ਬਾਕੀ ਫਿਰ ਫਿਲਮਾਂ ਨੂੰ ਅੱਗੇ ਪਹਚਾਣ ਵਾਸਤੇ ਵੀ ਇਹਨਾਂ ਸਰਕਾਰ ਤੋਂ ਮਨਜ਼ੂਰੀ ਦਿਵਾਉਣ ਵਾਸਤੇ ਵੀ ਸਬਸਿਡੀ ਦਿਵਾਉਣ ਵਾਸਤੇ ਵੀ ਸੋ ਐਸੀ ਸਖਸ਼ੀਤਾਂ ਦਾ ਜਿਹੜਾ ਹੈਗਾ ਜ਼ਿਕਰ ਬੜਾ ਘੱਟ ਹੁੰਦਾ ਤੇ ਬੜੇ ਘੱਟ ਲੋਕਾਂ ਨੂੰ ਇਹਨਾਂ ਬਾਰੇ ਪਤਾ ਹੈ। ਇੱਕ ਹੋਰ ਘਟਨਾ ਮੈਨੂੰ ਯਾਦ ਆਈ ਉਹਨਾਂ ਬਾਰੇ ਜਿਹੜੀ ਦੱਸਣੀ ਮਨਦੀ ਆ। ਹਾਂਜੀ। ਉਦੋਂ ਉਹਨਾਂ VHS ਦੀਆਂ ਹੁੰਦੀਆਂ ਸੀ ਵੀਡੀਓ ਜਿਹੜੀਆਂ। ਜੀ। ਇਹਨਾਂ ਨੇ ਇੱਕ ਫਿਲਮ ਬਣਾਈ ਆਪਣੇ ਪੰਜਾਬ ਦੇ ਆਹ ਗਿੱਧੇ, ਭੰਗੜੇ, ਬੋਲੀਆਂ, ਟੱਪਿਆਂ ਬਾਰੇ। ਹਾਂ। ਉਹਦਾ ਨਾਮ ਸੀ ਵਿੜਾ ਸ਼ਗਨਾ ਦਾ। ਅੱਛਾ ਜੀ। ਉਹ ਬਣਾ ਲਈ। ਬੜੇ ਚਾ ਮਲਾਰ ਦੇ ਨਾਲ। ਤੇਗਾ ਉਹਨੂੰ ਕੋਈ ਰਿਲੀਜ਼ ਨਾ ਕਰੇ ਬੜੇ ਚਿੰਤਾ ਚ ਇੱਕ ਵਾਰ ਮੈਨੂੰ ਉਚੇਚਾ ਇਹਨਾਂ ਨੇ ਸੱਦਿਆ ਬਈ ਤੂੰ ਉਥੇ 22 ਸੈਕਟਰ ਆ ਜਾ ਤੇ ਫੇਰ ਆਪਾਂ ਗੱਲ ਕਰਦੇ ਆ ਉਹ ਮੈਂ ਉਥੇ 22 ਸੈਕਟਰ ਚੱਲੇ ਗਿਆ ਜਿੱਥੇ ਇਹਨਾਂ ਦਾ ਰਾਇ ਸੀ ਨਹੀਂ ਜਿੱਥੇ ਇਹਨਾਂ ਦਾ ਸੌਰੀ ਉਹ ਬਾਈ ਦੀਆਂ ਲਾਈਟਾਂ ਤੇ ਜਿੱਥੇ ਇਕੱਠੇ ਹੁੰਦੇ ਹੁੰਦੇ ਸੀ ਉੱਥੇ ਤੇ ਉਥੋਂ ਇਹ ਕਹਿੰਦੇ ਬਈ ਉਹ ਫਿਲਮ ਤੈਨੂੰ ਦਿਖਾਉਣੀ ਆ ਤੇ ਉਹਦੇ ਉੱਤੇ ਦੇਖ ਕੇ ਤੇ ਉਹ ਤੇ ਬਾਰੇ ਲੰਮਾ ਚੋੜਾ ਆਰਟੀਕਲ ਲਿਖ। ਪਈ ਉਹ ਇਹ ਬਣਾ ਕੇ ਘਰੇ ਰੱਖੀ ਬੈਠਾ। ਤੇ ਉਹ ਫਿਰ ਅਸੀਂ ਘਰੇ ਆਏ। ਫਿਰ ਉਹੀ ਜਿਵੇਂ ਉਹ ਘਰ ਚ ਦਿਖਾਉਂਦੇ ਹੁੰਦੇ ਉਹ VHS ਲਾ ਕੇ। ਉਹ ਪਲੇਅਰ ਜੇ ਹੁੰਦੇ ਸੀ ਕਿ ਫਿਰ ਕੀ ਕਹਿੰਦੇ ਹੁੰਦੇ ਸੀ ਉਹਨੂੰ? VCR ਹੈਂ? VCR ਹੁੰਦੇ ਸੀ। ਹਾਂ VCR। ਉਹਦੇ ਤੇ ਲਾਈ ਵੀ ਜਦੋਂ ਦਿਖਾਈ ਉਹਨਾਂ ਨੇ। ਮੈਨੂੰ ਬਹੁਤ ਚੰਗੀ ਲੱਗੀ। ਬਹੁਤ ਕੁਛ ਮਸਾਲਾ। ਕਿ ਆ ਪਰੋਇਆ ਪਿਆ ਜੀ ਨੂੰ ਕਹਿੰਦੇ ਨਾ? ਪੰਜਾਬ ਦੇ ਫੋਕ ਡਾਂਸ ਸਭਿਆਚਾਰ ਹੋਇਆ ਤੇ ਮੈਂ ਤਾਂ ਦਾਤ ਦੇ ਰਿਆਂ ਤੇ ਭਗ ਸਿੰਘ ਅੰਕਲ ਅੱਖਾਂ ਭਰਿਆ ਉਹ ਕਹਿੰਦੇ ਆ ਵੀ ਮੈਂ ਹੋਰ ਵੀ ਕਈਆਂ ਨੂੰ ਦਿਖਾਈ ਹੈ ਸਾਰੇ ਆਏ ਇਹਦੀਆਂ ਸਿਫਤਾਂ ਕਰੀ ਜਾਂਦੇ ਆ ਤੇ ਮੈਂ ਤਾਂ ਪ੍ਰੋਵੀਡੈਂਟ ਫੰਡ ਕਢਾ ਕੇ ਵੀ ਇਹਦੇ ਤੇ ਲਾਤਾ ਜੋ ਕੁਝ ਮੇਰੇ ਕੋਲ ਸੀ ਮੈਂ ਇਹਦੇ ਤੇ ਲਾਤਾ ਹੁਣ ਇਹ ਫਿਲਮ ਵਿਕ ਨਹੀਂ ਰਹੀ ਤੇ ਇੱਥੋਂ ਤੱਕ ਵੀ ਮੇਰੇ ਤਾਂ ਮਨ 'ਚ ਆਏ ਆਂਦਾ ਉਹਨਾਂ ਦੀਆਂ ਦੋ ਬੇਟੀਆਂ ਨੰਨਾ ਬਾਨੋ ਤੇ ਵਰਖਾ ਤੇ ਮੈਂ ਇਹ ਕੀ ਮੂਰਖਤਾ ਕੀਤੀ ਬੇਵਕੂਫੀ ਕੀਤੀ ਵੀ ਮੈਂ ਇਹ ਫਿਲਮ ਤੇ ਉੱਤੇ ਸਾਰਾ ਪੈਸਾ ਲਾਤਾ ਮੈਂ ਤਾਂ ਧੀਆ ਦਾ ਵਿਆਹ ਕਰ ਲੈਂਦਾ ਉਸ ਪੈਸੇ ਦੇ ਨਾਲ ਮਤਲਬ ਫਿਲਮ ਬਣਾ ਕੇ ਤੇ ਪਛਤਾ ਰਿਹਾ ਚਲੋ ਅਸੀਂ ਆਪ ਦਾ ਫਰਜ਼ ਸਮਝਦੇ ਹੋਏ ਆਰਟੀਕਲ ਲਿਖਿਆ ਦੂਸਰਿਆਂ ਨੂੰ ਅਖਬਾਰਾਂ ਨੂੰ ਵੀ ਕਹਤਾ ਉਹਨਾਂ ਨੇ ਵੀ ਲਾਤੇ ਬਹੁਤ ਕਰਦੇ ਆਂ ਕਰਾਉਂਦੇ ਆਂ ਆਰਟੀਕਲਾਂ ਦਾ ਕਰਕੇ ਤਾਂ ਨਹੀਂ ਕਿਸੇ ਹੋਰ ਸਾਂਝੇ ਬੰਦਿਆਂ ਨੇ ਉਹ ਫਿਲਮ ਦਿੱਲੀ ਦੀ ਕੰਪਨੀ ਪਾਲਕੋ ਹੁੰਦੀ ਸੀ ਉਹ ਪਾਲਕੋ ਵਾਲੇ ਬਹੁਤ ਘੜਦੇ ਸੀ ਉਹਨਾਂ ਨੂੰ ਦਵਾਤੀ ਉਹ ਉਹਨਾਂ ਨੇ ਐਂ ਕਿਹਾ ਵੀ ਖਨੀ ਬਸੇ ਦਾ ਵੀ ਖਰਚਾ ਜੇ ਦੇ ਸਕਦੇ ਅਸੀਂ ਤਾਂ ਤੇ ਉਹ ਦੇ ਦਿੱਤੀ ਗਈ ਉਸ ਤੋਂ ਬਾਅਦ ਉਹ ਫਿਲਮ ਜਦੋਂ ਉਹਨਾਂ ਨੇ ਉਹ ਵੀ ਐ ਵੀ ਐਚ ਐਸ ਜਿਹੜੀ ਕੈਸਟ ਸੀਗੀ ਉਹ ਰਿਲੀਜ਼ ਕੀਤੀ ਤੇ ਅਸੀਂ ਉਹਨਾਂ ਨੂੰ ਪੁੱਛਿਆ ਸੀ ਇਹ ਦੋ ਤਿੰਨ ਡਿਸਟ੍ਰੀਬਿਊਟਰ ਜਿਹੜੇ ਦੁਕਾਨਦਾਰ ਹੂੰ ਅਸਿਕਾ ਵੀ ਦੀ ਕੀ ਪੋਜੀਸ਼ਨ ਨਾ ਕਿਦਾਂ ਹੈ ਉਹ ਕਹਿੰਦੇ ਵੀ ਪਹਿਲਾਂ ਪਹਿਲਾਂ ਤਾਂ ਅਸੀਂ ਗਿਣਤੀ ਕੀਤੀ ਸੀਗੀ ਅਸੀਂ ਤਾਂ ਟੋਕਰੇ ਪਰ ਪਰ ਕੇ ਵਿੱਚ ਹੀ ਹੈ ਟੋਕਰੇ ਪਰ ਪਰ ਕੇ ਅੱਛਾ ਜੀ ਕੀ ਮਤਲਬ ਉਹਦੀ ਆਮਦਨ ਦੇ ਜਿਹੜੀ ਵੀ ਉਪਾਲਕ ਨੂੰ ਗਈ ਹੋਊਗੀ ਨਾ ਬਿਲਕੁਲ ਭਾਗ ਸਿੰਘ ਅੰਕਲ ਉਹਨਾਂ ਨੂੰ ਨਹੀਂ ਗਈ ਤਾਂ ਬਣਾ ਕੇ ਪਛਤਾਉਂਦਾ ਸੀ ਪਰ ਇੱਥੇ ਮਤਲਬ ਬੱਲੇ ਬੱਲੇ ਬਹੁਤ ਮਿਲੀ ਹਾਂ ਸ਼ੋਰ ਤਾਂ ਬਹੁਤ ਮਿਲੀ ਲੇਕਿਨ ਬਣਾਉਣ ਵਾਲੇ ਬਣਾਉਣ ਵਾਲਾ ਤਾਂ ਦੇਖੋ ਪਛਤਾਉਂਦਾ ਸੀ ਹਾਲਾਂਕਿ ਉਸ ਵੀਡੀਓ ਤੋਂ ਬਾਅਦ ਹੋਰ ਇੰਨੀਆਂ ਵੀਡੀਓ ਬਣੀਆਂ ਇੱਕ ਲਹਿਰ ਤਰਪੀ ਸੀ ਬਿਲਕੁਲ ਉਹਨਾਂ ਨੂੰ ਉਹਦਾ ਮੁੱਲ ਵੀ ਨਹੀਂ ਮਿਲਿਆ ਪਰ ਇੱਥੋਂ ਸਭ ਮਤਲਬ ਕਿ ਇੱਕ ਗੱਲ ਹੋਰ ਨਹੀਂ ਜਿਵੇਂ ਹੁਣ ਉਹਨਾਂ ਨੇ ਇੰਨੀ ਸਪੋਰਟ ਕੀਤੀ ਹੈ ਨਾ ਇੰਡਸਟਰੀ ਨੂੰ ਜਦੋਂ ਲੋੜ ਸੀ ਹਰ ਡਾਇਰੈਕਟਰ ਹਰ ਪ੍ਰੋਡਿਊਸਰ ਉਹਨਾਂ ਕੋਲ ਜਾਂਦਾ ਸੀ ਹਰ ਐਕਟਰ ਉਹਨਾਂ ਕੋਲ ਜਾਂਦਾ ਸੀ ਜਦੋਂ ਉਹਨਾਂ ਨੂੰ ਆਪ ਦਾ ਕੰਮ ਹੁੰਦਾ ਸੀ ਕਿ ਸਾਨੂੰ ਫਿਲਮ ਵਾਸਤੇ ਸਬਸਿਡੀ ਮਿਲ ਜਵੇ ਤੇ ਕੋਈ ਵੀ ਤਰੀਕੇ ਦਾ ਕੰਮ ਹੁੰਦਾ ਸੀ ਉਹਨਾਂ ਕੋਲ ਚਲਾ ਜਾਂਦਾ ਸੀ ਪਰ ਜਦੋਂ ਉਹਨਾਂ ਨੂੰ ਲੋੜ ਪਈ ਤਾਂ ਉਹਨਾਂ ਨੂੰ ਇਹ ਨੋਬਤ ਤੱਕ ਉਹਨਾਂ ਨੂੰ ਚੱਲਣੀ ਪੈਗੀ ਕਿ ਬੇਟੀਆਂ ਦੇ ਵਿਆਹ ਰੋਕ ਕੇ ਉਹਨਾਂ ਨੇ ਫਿਲਮ ਬਣਾਈ ਤੇ ਉਸ ਤੋਂ ਬਾਅਦ ਉਹ ਫਿਲਮ ਤੋਂ ਪੈਸਾ ਵੀ ਰਿਕਵਰ ਨਹੀਂ ਹੋਇਆ ਬਿਲਕੁਲ ਬੜੀਆਂ ਮੇਰੇ ਕੋਲ ਫੋਟੋਆਂ ਪਈਆਂ ਜਿਹੜਾ ਇੱਕ ਵੀ ਸੂਰੀ ਕਿਸੇ ਵੇਲੇ ਕਮੇਡੀਅਨ ਹੁੰਦਾ ਸੀ ਬਹੁਤ ਮਸ਼ਹੂਰ ਅੱਛਾ ਜਿਹੜਾ ਗਰਦਾਸ ਮਾਨ ਦੇ ਨਾਲ ਸਟੇਜ ਐਕਟਿਵ ਰਹੇ ਬੜੇ ਵੱਡੇ ਵੱਡੇ ਉੱਥੋਂ ਦੇ ਬਿਗ ਸ਼ੋਅ ਕਰਦਾ ਹੁੰਦਾ ਸੀ ਮਨੋਦ ਖੰਨਾ ਧਰਮਿੰਦਰ ਅਮਤਾਬ ਵਚਨ ਦਾ ਉਹ ਵੀ ਸੂਰੀ ਨੇ ਇਹਨਾਂ ਨੂੰ ਬਾਪੂ ਬਣਾਇਆ ਹੋਇਆ ਸੀ ਇਹਨਾਂ ਨੇ ਉਹਨੂੰ ਪੁੱਤ ਬਣਾਇਆ ਹੋਇਆ ਸੀ ਉਹਦੀਆਂ ਵੀ ਸੂਰੀ ਨੂੰ ਫਿਰ ਜੇਲ੍ਹ ਹੋ ਗਈ ਸੀ ਅੱਛਾ ਜੇਲ੍ਹ ਦੇ ਵਿੱਚ ਉਹਦੀਆਂ ਲਿਖੀਆਂ ਹੋਈਆਂ ਚਿੱਠੀਆਂ ਉਪਾਕ ਸਿੰਘ ਅੰਕਲ ਕੋਲੇ ਪਈਆਂ ਸੀਗੀਆਂ ਉਹ ਫਿਰ ਇਹਨਾਂ ਨੇ ਮੈਨੂੰ ਦਿੱਤੀਆਂ ਵੀ ਇਹਦੇ ਉੱਤੇ ਆਰਟੀਕਲ ਲਿਖ ਮੈਂ ਫਿਰ ਆਰਟੀਕਲ ਲਿਖਿਆ ਜੀ ਵੀ ਸੂਰੀ ਦੀਆਂ ਤੇ ਉਹ ਤਾਂ ਇੰਨੀਆਂ ਹੋਰ ਉਹ ਇੰਨੀਆਂ ਭਾਗ ਸਿੰਘ ਦੇ ਇੰਨੇ ਰੂਪ ਆ ਡਾਊਨ ਟੂ ਅਰਥ ਬਹੁਤ ਸੀ ਸੋਸ਼ਲ ਬਹੁਤ ਸੀ ਲੋਕਾਂ ਦੇ ਕੰਮ ਆਉਣ ਦੀ ਜਿਹੜੀ ਭਾਵਨਾ ਸੀ ਕਰਾਂਗੇ ਆਪਾਂ ਕਿਸੇ ਹੋਰ ਐਪੀਸੋਡ ਦੇ ਵਿੱਚ ਇਹਨਾਂ ਬਾਰੇ ਖੁੱਲੀਆਂ ਗੱਲਾਂ ਬਾਤਾਂ ਕਰਾਂਗੇ ਜੋ ਕਿ ਆਪਾਂ ਇਹਨਾਂ ਦੇ ਉੱਤੇ ਹੀ ਰੱਖਾਂਗੇ ਐਪੀਸੋਡ ਤੇ ਸੰਤੂ ਸਾਹਿਬ ਅੱਜ ਆਪਾਂ ਹੁਣ ਵਿਦਾਇਗੀ ਲਈਏ ਇਸ ਐਪੀਸੋਡ ਦੇ ਵਿੱਚ ਬਿਲਕੁਲ ਜੀ ਬਿਲਕੁਲ ਅਪਾ ਅਗਲੇ ਐਪੀਸੋਡ ਦੇ ਵੀ ਜਾ ਕੇ ਇਸੇ ਹੋਰ ਬਾਰੇ ਗੱਲਾਂ ਬਾਤਾਂ ਕਰਾਂਗੇ ਤੇ ਅੱਜ ਦੇ ਐਪੀਸੋਡ ਦੇ ਵਿੱਚ ਆਪਾਂ ਆ ਗਿਆ ਲੈਨੇ ਸੋ ਧੰਨਵਾਦ ਇੱਕ ਵਾਰ ਫਿਰ ਜਿੰਦਾਬਾਦ ਸੋ ਕਿਵੇਂ ਦਾ ਲੱਗੇ ਹੈ ਐਪੀਸੋਡ ਵੀਡੀਓ ਥਲੇ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਜਿਹੜੇ ਲੋਕ ਸਾਡੇ ਇਸ ਐਪੀਸੋਡ ਨੂੰ YouTube ਤੇ ਦੇਖ ਰਹੇ ਨੇ ਉਹ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ Spotify ਤੇ ਜਾ ਕੇ ਸੁਣ ਰਹੇ ਨੇ ਉਹ ਵੀ Spotify ਲਿੰਕ ਨੂੰ ਜਰੂਰ ਸ਼ੇਅਰ ਕਰਿਓ ਤਾਂ ਕਿ ਲੋਕ ਹੋਰ ਇਨ੍ਹਾਂ ਵਰਗੇ ਹੋਰ ਕਿਸੇ ਵੀ ਸੁਣ ਸਕਣ ਸੋ ਦਿਓ ਆ ਗਿਆ ਧੰਨਵਾਦ